ਮਲਟੀ ਪਰਪਸ ਹੈਲਥ ਸਪਲਾਈ ਯੂਨੀਅਨ, ਮਲਟੀ ਪਰਪਸ ਮੇਲ ਫੀਮੇਲ ਯੂਨੀਅਨ, ਇਹ ਸਾਰੇ ਰਲ ਕੇ ਆਪਾਂ ਪ੍ਰੋਟੈਸਟ ਕਰ ਰਹੇ ਹਾਂ ਕਿ ਸਰਕਾਰ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਵਾ। ਸਾਨੂੰ ਕਰੋਨਾ ਯੋਧਿਆਂ ਦਾ ਖਿਤਾਬ ਦਿੱਤਾ ਗਿਆ, ਜਿੰਨਾ ਕਿ ਕਰੋਨਾ ਦੇ ਦੌਰਾਨ ਸਾਰੇ ਲੋਕ ਅੰਦਰ ਵੜ ਗਏ ਸੀ ਅਤੇ ਅਸੀਂ ਬਹੁਤ ਹੀ ਜ਼ਿਆਦਾ ਦਿਨ ਰਾਤ ਮਿਹਨਤ ਕਰਕੇ ਕੰਮ ਕੀਤਾ। ਉਦੋਂ ਦਾ ਸਾਨੂੰ ਇਨਾਮ ਕੀ ਮਿਲਿਆ, ਸਰਕਾਰ ਨੇ ਬਹੁਤ ਰੌਲਾ ਪਾਇਆ ਜੀ, ਆਪਾਂ ਮੁਲਾਜ਼ਮਾਂ ਨੂੰ ਬੜੀਆਂ ਤਨਖਾਹਾਂ ਵਧਾਤੀਆਂ, ਪੇ ਕਮਿਸ਼ਨ ਦੀ ਰਿਪੋਰਟ ਦੇ ਦਿੱਤੀ ਹੈ, ਪਰ ਉਸਦੇ ਉਲਟ ਕੀ ਹੋ ਰਿਹਾ, ਹਰ ਰੋਜ਼ ਕੋਈ ਨਾ ਕੋਈ ਨਵਾਂ ਭੱਤਾ ਕੱਟਿਆ ਜਾ ਰਿਹਾ। ਸਾਡੀਆਂ ਭੈਣਾਂ ਦੀ ਵਰਦੀ ਅਲਾਉਂਸ ਕੱਟਤੇ, FTA ਕਰਤਾ, ਸਾਡਾ ਬਾਰਡਰ ਏਰੀਆ ਕਰਤਾ, ਹੋਰ ਵੀ ਜਿੰਨੇ ਅਲਾਉਂਸ ਸਾਡੇ ਬਿਲਕੁਲ ਨਕਾਰਾ ਕਰਕੇ ਅਤੇ ਸਾਡੀਆਂ ਤਨਖਾਹਾਂ ਘਟਾ ਦਿੱਤੀਆਂ ਗਈਆਂ ਨੇ। ਔਰ ਸਟੇਜਾਂ ਤੋਂ ਕੀ ਰੌਲਾ ਪਾਇਆ ਜਾ ਰਿਹਾ, ਵੋਟ ਕਾਹਦੇ ਲੱਗੇ ਆ, ਇੰਨੀਆਂ ਤਨਖਾਹਾਂ ਵਧਾਤੀਆਂ, ਇੰਨੇ ਮੁਲਾਜ਼ਮ ਪੱਕੇ ਕਰਤੇ, ਨਾ ਕੋਈ ਮੁਲਾਜ਼ਮ ਪੱਕਾ ਹੋਇਆ ਅਤੇ ਨਾ ਹੀ ਸਾਡੀ ਕੋਈ ਤਨਖਾਹ ਵਧੀਆ, ਸਾਡੇ ਕਿਸੇ ਨੂੰ ਕੋਈ ਭੱਤਾ ਨਹੀਂ ਮਿਲਿਆ ਅਤੇ ਸਾਰੀਆਂ ਤਨਖਾਹਾਂ ਸਾਡੀਆਂ ਘੱਟ ਹੋ ਗਈਆਂ ਵਾ। ਅੱਜ ਅਸੀਂ ਪਹਿਲਾਂ ਸਿਵਲ ਸਾਹਿਬ ਨੂੰ ਮੰਗ ਪੱਤਰ ਦਿੱਤਾ, ਫਿਰ ਇੱਥੇ ਪੁਤਲਾ ਫੂਕਿਆ ਵਾ, ਹੁਣ ਇਹ DC ਸਾਹਿਬ ਨੂੰ ਵੀ ਮੰਗ ਪੱਤਰ ਦੇਣ ਜਾ। ਅਗਲਾ ਸੰਘਰਸ਼ ਸਾਡਾ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਆਪਾਂ ਫਿਰ ਪੰਜਾਬ ਲੈਵਲ 'ਤੇ ਸੰਘਰਸ਼ ਵਿੱਢਾਂਗੇ, ਪੂਰਨ ਤੌਰ 'ਤੇ ਕਮਰੇ ਬਾਈ ਕਰਾਂਗੇ ਅਤੇ ਹੈਲਥ ਮਿਨਿਸਟਰੀ ਦੀ ਮਿਨਿਸਟਰੀ ਦੇ ਘਰ ਦਾ ਘਿਰਾਓ ਕਰਾਂਗੇ। ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਸਰ, ਸਾਡੀ ਇਹ ਮੰਗ ਹੈ ਪੰਜਾਬ ਸਰਕਾਰ ਤੋਂ ਕਿ ਸਾਡੇ ਕੱਟੇ ਹੋਏ ਭੱਤੇ ਦਾ ਦੁਬਾਰਾ ਬਹਾਲ ਕੀਤੇ ਜਾਣ, ਕਿਉਂਕਿ ਅਸੀਂ ਉਹ ਕੇਡਰ ਹੈਗਾ ਜਿਹੜੇ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹਾਂ। ਅਸੀਂ ਕਰੋਨਾ ਦੇ ਕਾਲ ਦੇ ਵਿੱਚ ਕਦੀ ਦਿਨ ਰਾਤ ਨਹੀਂ ਵੇਖਿਆ, ਕੋਈ ਟਾਈਮ ਨਹੀਂ ਵੇਖਿਆ, ਜਦੋਂ ਸੜਕਾਂ 'ਤੇ ਕੋਈ ਨਹੀਂ ਜਾਂਦਾ ਸੀ ਉਦੋਂ ਇਹ ਕਰੋਨਾ ਜੋ ਦੇ ਇਕੱਲੇ ਸੜਕਾਂ ਦੇ ਉੱਤੇ ਹੁੰਦੇ ਸੀ, ਜਦੋਂ ਹਰ ਕੋਈ ਡਰਦਾ ਸੀ ਕਰੋਨਾ ਦੇ ਮਰੀਜ਼ ਤੋਂ, ਅਸੀਂ ਉਦੋਂ ਉਹਨਾਂ ਨੂੰ ਟੱਚ ਕਰਕੇ ਉਹਨਾਂ ਦੀਆਂ, ਸਾਡੇ ਵੀਰਾਂ ਨੇ ਡੈੱਡ ਬੋਡੀਆਂ ਨੂੰ ਦਫਨਾਇਆ, ਡੈੱਡ ਬੋਡੀਆਂ ਦਾ ਸੰਸਕਾਰ ਕੀਤਾ, ਅਤੇ ਜਦੋਂ ਕੋਈ ਵੀ ਉਹਨਾਂ ਦੇ ਕੋਈ ਸੈਂਪਲ ਨਹੀਂ ਕਰਦਾ ਸੀ, ਕੋਈ ਉਹਨਾਂ ਦੇ ਇੰਜੈਕਸ਼ਨ ਨਹੀਂ ਲਾਉਂਦਾ ਸੀ, ਅਸੀਂ ਸਿੱਧੇ ਤੌਰ 'ਤੇ ਉਹਨਾਂ ਨੂੰ ਟੱਚ ਕੀਤਾ। ਅੱਜ ਸਰ ਸਾਡੀ ਇਹੀ ਮੰਗ ਹੈ ਪੰਜਾਬ ਸਰਕਾਰ ਤੋਂ ਕਿ ਸਾਡੇ ਕੱਟੇ ਹੋਏ ਭੱਤੇ ਜਿਹੜੇ ਆ ਦੁਬਾਰਾ ਬਹਾਲ ਕੀਤੇ ਜਾਣ, ਅਤੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹੋਵਾਂਗੇ। ਸਾਨੂੰ ਸੰਘਰਸ਼ ਕਰਨ ਦਾ ਕੋਈ ਸ਼ੌਂਕ ਨਹੀਂ ਹੈ, ਅਸੀਂ ਸਿਹਤ ਵਿਭਾਗ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਹਾਂ, ਲੋਕਾਂ ਦੇ ਨਾਲ ਜੁੜੇ ਹੋਏ ਹਾਂ, ਅਸੀਂ ਇਹੀ ਚਾਹੁੰਦੇ ਹਾਂ ਕਿ ਅਸੀਂ ਆਪਣੀ ਡਿਊਟੀ ਜਿਹੜੀ ਪਹਿਲਾਂ ਦੀ ਤਰ੍ਹਾਂ ਫਿਰ ਨਿਭਾਈਏ ਅਤੇ ਲੋਕਾਂ ਦੀ ਸੇਵਾ ਕਰੀਏ।